ਵੀਰੋ, ਕੰਬਾਈਨ ਇੰਡਸਟਰੀ ਦੇ ਵਿੱਚ ਅੱਜ ਤੁਹਾਨੂੰ ਅੱਠਵਾਂ ਅਜੂਬਾ ਦਿਖਾਉਣ ਜਾ ਰਿਹਾ। ਨਾਭੇ ਸਮਾਣੇ ਭਾਲ ਤੋਂ ਮੈਂ ਬਹੁਤ ਕੰਬਾਈਨਾਂ ਬਣਦੀਆਂ ਦੇਖੀਆਂ, ਪਰ ਇਹਦੇ ਨਾਲ ਦਾ ਪਲਾਂਟ ਮੈਂ ਕਿਤੇ ਨਹੀਂ ਦੇਖਿਆ। 51 ਕਿੱਲਿਆਂ ਦੇ ਵਿੱਚ ਪਲਾਂਟ ਆ, ਅੰਬ ਖੜਿਆ ਹਿਮਾਚਲ ਪ੍ਰਦੇਸ਼ ਦੇ ਵਿੱਚ, ਅਤੇ ਸੋਨਾਲੀਕਾ ਕੰਪਨੀ ਦਾ ਨਾਮ ਤੁਹਾਨੂੰ ਪਤਾ ਹੀ ਆ ਵੀ ਕਿੱਥੇ ਜੇ ਘੁੰਮਦਾ ਅੱਜ ਕੱਲ੍ਹ। ਅਤੇ ਇਹ ਕੰਪਨੀ ਦੀ ਕੰਬਾਈਨ ਇੰਨੇ ਘੱਟ ਰੇਟ ਦੇ ਵਿੱਚ ਇੰਨੀ ਜ਼ਬਰਦਸਤ ਕੁਆਲਿਟੀ, ਇਹੋ ਜਿਹਾ ਪੇਂਟ, ਇਹ ਮਟੀਰੀਅਲ ਲਾ ਕੇ ਮੈਨੂੰ ਨਹੀਂ ਲੱਗਦਾ ਕੋਈ ਦੇ ਦੂਗੀ। ਸਵਾਦ ਆ ਗਿਆ ਪਲਾਂਟ ਦਾ ਗੇੜਾ ਕੱਢ ਕੇ। ਬਾਕੀ ਸਾਡੇ ਨਾਲ ਕੰਬਾਈਨ ਦੀ ਜਾਣਕਾਰੀ ਦੇਣ ਲਈ ਕੰਪਨੀ ਦੇ ਜਨਰਲ ਮੈਨੇਜਰ ਨੇ ਸਰਪ੍ਰੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਹੋ? ਅਤੇ ਜੇ ਗੱਲ ਕਰੀਏ ਆਪਾਂ ਕੰਬਾਈਨ ਦੀ, ਵੀ ਸੋਨਾਲੀਕਾ ਜਿਵੇਂ ਇੱਕ ਨਾਮ ਹੈ ਜਿਹੜਾ, ਇਹ ਕੁਆਲਿਟੀ ਦੇ ਨਾਮ ਨੂੰ ਜਾਣਿਆ ਜਾਂਦਾ ਸੋਨਾ। ਅਤੇ ਜੇ ਗੱਲ ਕਰੀਏ ਕੰਬਾਈਨ ਦੀ, ਤਾਂ ਕੀ ਇਹੀ ਜੀ ਖਾਸ ਹੈ ਵੀ ਆਪਾਂ ਇੰਨਾ ਵੱਡਾ ਪਲਾਂਟ ਲਾਇਆ, ਉਹਦੇ ਨਾਲ ਕਿਸਾਨਾਂ ਦਾ ਕੀ ਫਾਇਦਾ ਹੋਊਗਾ ਇਹਦੇ ਵਿੱਚ? ਜੀ ਸਰ, ਅੱਜ ਅਸੀਂ ਤੁਹਾਨੂੰ ਦੱਸਣਾ ਚਾਹ ਰਹੇ ਹਾਂ ਕੰਬਾਈਨ ਦੇ ਬਾਰੇ। ਪਹਿਲਾਂ ਅਸੀਂ ਇਹ ਕੰਬਾਈਨ ਆਪਣੇ ਹੁਸ਼ਿਆਰਪੁਰ ਪਲਾਂਟ ਦੇ ਵਿੱਚ ਬਣਾਉਂਦੇ ਸੀਗੇ, ਲੇਕਿਨ ਉਸ ਤੋਂ ਬਾਅਦ ਅਸੀਂ ਡਿਸੀਜਨ ਇਹ ਲਿਆ ਵੀ ਇਹਨੂੰ ਅੰਬ ਦੇ ਵਿੱਚ ਲੈ ਕੇ ਜਾਇਆ ਜਾਵੇ। ਹਿਮਾਚਲ ਪ੍ਰਦੇਸ਼ 'ਚ ਇੱਕ ਜਗ੍ਹਾ ਪੈਂਦੀ ਅੰਬ, ਉੱਥੇ ਅਸੀਂ ਫੁੱਲੀ ਸ਼ੈੱਡ ਦਿੱਤਾ ਹੋਇਆ ਇਹਨੂੰ, ਫੁੱਲੀ ਫੈਕਟਰੀ ਡਿਵੋਟੀ ਆ ਪੂਰੀ ਦੀ ਪੂਰੀ ਹਾਰਵੈਸਟਰ ਵਾਸਤੇ। ਹੁਣ ਆਪਾਂ ਗੱਲ ਕਰਦੇ ਹਾਂ ਦੂਜੇ ਨਾਲੋਂ ਕਿੱਦਾਂ ਬਿਹਤਰ ਆ, ਇਹਦੇ 'ਚ ਕੀ ਖਾਸ ਗੱਲਾਂ ਨੇ। ਕਿਸਾਨ ਭਰਾ ਅਗਰ ਇਹ ਮਸ਼ੀਨ ਲੈਂਦੇ ਨੇ ਤਾਂ ਉਹਨਾਂ ਨੂੰ ਕੀ ਬੈਨੀਫਿਟ ਰਹੂਗਾ? ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇਹਦੇ ਫੀਡਰ ਤੋਂ। ਜੀ, ਇਹਦਾ ਜਿਹੜਾ ਫੀਡਰ ਆ ਇਹ ਤਕਰੀਬਨ 4 ਇੰਚ ਲੰਬਾ ਹੈ ਬਾਕੀਆਂ ਸਾਰੀਆਂ ਮਸ਼ੀਨਾਂ ਨੂੰ, ਜਿਹਦੇ ਕਰਕੇ ਇਹਦੀ ਰੀਚ ਪੂਰੀ ਧਰਤੀ ਤੱਕ ਚਲੇ ਜਾਂਦੀ ਆ। ਜਿੱਦਾਂ ਆਪਾਂ ਸੋਇਆਬੀਨ ਕਰਨੀ ਹੋਵੇ ਜਾਂ ਕੋਈ ਹੋਰ ਫਸਲ ਜਿਹੜੀ ਛੋਟੀ ਹੁੰਦੀ ਆ ਉਹਨੂੰ ਕਰਨ ਦੇ ਲਈ ਇਹ ਪੂਰੀ ਪਰਫੈਕਟ ਹੈ ਮਸ਼ੀਨ। ਫਿਰ ਗੱਲ ਕਰੀਏ ਇਹਦੇ 'ਚ 1-2-3 ਪੱਤੀਆਂ ਲੱਗੀਆਂ ਨੇ ਜੀ, 4 ਚੇਨਾਂ ਲੱਗੀਆਂ ਨੇ, ਜਿਹਦੇ ਕਰਕੇ ਭਾਰੀ ਤੋਂ ਭਾਰੀ ਫਸਲ ਆਉਣ ਦੇ ਬਾਵਜੂਦ ਵੀ ਇਹ ਬੈਂਡ ਨਹੀਂ ਹੁੰਦੀਆਂ, ਅਤੇ ਇਹ ਜਿੱਦਾਂ ਵੀ ਲੈ ਕੇ ਜਾਂਦੇ ਸਾਰੇ ਅੰਦਰ ਲੈ ਕੇ ਜਾਂਦੀਆਂ ਨੇ ਜੀ। ਫਿਰ ਆਪਾਂ ਗੱਲ ਕਰਦੇ ਹਾਂ ਜੀ ਇਹਦੀ ਕੁਆਲਿਟੀ ਦੇ ਉੱਤੇ, ਜਿੰਨੀ ਵੀ ਚੀਜ਼ਾਂ ਕਿਸਨੇ ਵਾਲੀਆਂ ਨੇ ਸਾਰੀਆਂ ਦੀ ਸਾਰੀਆਂ ਇਹ ਸਟੇਨਲੈਸ ਸਟੀਲ ਦੀਆਂ ਬਣੀਆਂ ਹੋਈਆਂ ਨੇ। ਸਟੇਨਲੈਸ ਸਟੀਲ ਆਹ ਜਿਹੜੀ ਸ਼ੀਟ ਆ ਪੂਰੀ ਨੀਚੇ ਵਾਲੀ ਫੀਡਰ ਸਾਰਾ ਸਟੇਨਲੈਸ ਸਟੀਲ ਦਾ ਜੀ। ਅੱਗੇ ਵਾਲਾ ਕਟਰ ਜਿਹੜਾ ਮਸ਼ੀਨ ਦਾ ਪੂਰਾ 14 ਫੁੱਟ ਆ, ਫੁੱਲ ਦਾ ਫੁੱਲ ਸਟੇਨਲੈਸ ਸਟੀਲ ਦਾ ਜੀ। ਉਸ ਤੋਂ ਬਾਅਦ ਗੱਲ ਕਰੀਏ ਐਲੀਵੇਟਰਾਂ ਦੀ, ਉਹ ਸਾਰੇ ਸਟੇਨਲੈਸ ਸਟੀਲ ਦੇ ਨੇ ਜੀ। ਉਸ ਤੋਂ ਬਾਅਦ ਆਪਾਂ ਜੇ ਗੱਲ ਕਰਦੇ ਹਾਂ ਇਹਦੀਆਂ ਲਾਈਟਾਂ ਦੀ, ਤਾਂ ਸਾਰੀਆਂ ਪ੍ਰੋਜੈਕਟਰ ਲਾਈਟਾਂ ਲੱਗੀਆਂ ਹੋਈਆਂ ਨੇ, ਇਹਦੀ ਸਿੱਧੀ ਰੋਸ਼ਨੀ ਸਾਰੀ ਸਾਰੀ ਕ੍ਰੌਪ 'ਤੇ ਪੈਂਦੀ ਹੈ ਜੀ। ਗੱਲ ਕਰੀਏ ਉਹਦੇ ਹੈਂਡਲ ਦੀ, ਮਸ਼ੀਨ ਦਾ ਜਿਹੜਾ ਹੈਂਡਲ ਆ ਇਹ ਟਿਲਟ ਹੈਂਡਲ ਆ, ਆਦਮੀ ਆਪਣੇ ਕੱਦ ਦੇ ਹਿਸਾਬ ਨਾਲ, ਹਾਈਟ ਦੇ ਹਿਸਾਬ ਨਾਲ ਘੱਟ ਜਾਂ ਜ਼ਿਆਦਾ ਠੀਕ ਹੈ ਐਡਜਸਟੇਬਲ ਹੈ, ਟਿਲਟ ਕਰਾਂ ਵਾਂਗੂ ਹਰ ਟਾਈਮ ਕਰ ਸਕਦਾ। ਫਿਰ ਆਪਾਂ ਗੱਲ ਕਰਦੇ ਹਾਂ ਇਹ ਟ੍ਰੈਮ 4 ਦੇ ਵਿੱਚ ਇਹ ਮਸ਼ੀਨ ਆਈ ਹੋਈ ਹੈ ਜੀ। ਟ੍ਰੈਮ 4 ਦੇ ਵਿੱਚ ਮਸ਼ੀਨ ਆਉਣ ਦੇ ਨਾਲ ਇੰਜਨ ਇਹਦਾ ਹੁਣ ਅੱਜ ਦੀ ਡੇਟ ਵਿੱਚ 133 HP ਦਾ ਇੰਜਨ ਇਹਦੇ ਵਿੱਚ ਅੱਜ ਦੀ ਡੇਟ 'ਚ ਪ੍ਰੈਜੈਂਟ ਆ। ਜੇ ਆਪਾਂ ਗੱਲ ਕਰੀਏ ਇਹਦੇ ਪਲੇਟਫਾਰਮ ਦੀ, ਬਹੁਤ ਜ਼ਿਆਦਾ ਖੁੱਲ੍ਹਾ ਪਲੇਟਫਾਰਮ ਆ, ਇਹਦੇ 'ਚ ਈਜ਼ੀਲੀ ਬੰਦਾ ਬਿਲਕੁਲ ਘੁੰਮ ਫਿਰ ਸਕਦਾ, ਬਹੁਤ ਜ਼ਿਆਦਾ ਸਪੇਸ਼ੀਅਸ ਆ। ਫਿਰ ਆਪਾਂ ਜੇ ਅੱਗੇ ਵੀਰੋ ਗੱਲ ਕਰਦੇ ਹਾਂ ਇਹਦੇ ਰੇਡੀਏਟਰ ਦੀ, ਆਟੋ ਰੇਡੀਏਟਰ ਦੇ ਨਾਲ ਇਹ ਮਸ਼ੀਨ ਮੌਜੂਦ ਆ, ਜਿਹਦੇ ਕਰਕੇ ਕਾਫੀ ਜ਼ਿਆਦਾ ਕਿਸਾਨ ਭਰਾਵਾਂ ਨੂੰ ਇਹਦਾ ਬੈਨੀਫਿਟ ਰਹਿੰਦਾ। ਟਾਇਰਾਂ ਦੀ ਗੱਲ ਕਰ ਲਈਏ, MRF ਦੇ ਟਾਇਰ ਦਿੱਤੇ ਜਾਂਦੇ ਨੇ ਜੀ, ਸਾਡੀ ਹਰੇਕ ਮਸ਼ੀਨ ਦੇ ਵਿੱਚ ਟਾਇਰ MRF ਦੇ ਦਿੱਤੇ ਜਾਣਗੇ ਜੀ। ਗੱਲ ਕਰੀਏ ਇਹਦੀਆਂ ਰਿਡਕਸ਼ਨਾਂ ਦੀਆਂ, ਜੇ ਆਪਾਂ ਮਸ਼ੀਨ ਦੇ ਵਿੱਚ ਰਿਡਕਸ਼ਨ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਇੰਡਸਟਰੀ 'ਚ ਹੈਵੀ ਰਿਡਕਸ਼ਨਾਂ ਆਪਾਂ ਲਾਈਆਂ ਹੁੰਦੀਆਂ ਨੇ ਜੀ। ਸੋਨਾਲੀਕਾ ਕੰਪਨੀ ਜਿਹੜੀਆਂ ਕੰਬਾਈਨ ਦੀਆਂ ਹਾਰਵੈਸਟਰ ਦੀਆਂ ਰਿਡਕਸ਼ਨਸ ਲਾਉਂਦੀ ਆ, ਉਹ ਬਹੁਤ ਜ਼ਿਆਦਾ ਹੈਵੀ ਲਗਾਉਂਦੀ ਆ, ਜਿਹਦੇ ਕਰਕੇ ਕਿਸਾਨ ਭਰਾਵਾਂ ਨੂੰ ਬਹੁਤ ਜ਼ਿਆਦਾ ਸੌਖ ਰਹਿੰਦੀ ਆ ਜੀ। ਫਿਰ ਆਪਾਂ ਅੱਗੇ ਗੱਲ ਕਰਦੇ ਹਾਂ ਵੀਰ ਜੀ ਇਹਨਾਂ ਦੇ ਪੱਖਿਆਂ ਦੀ ਜੀ, ਐਲੀਵੇਟਰ ਦੀ। ਸਾਰੇ ਐਲੀਵੇਟਰ ਦੇਖੋ, ਡਿਜ਼ਾਈਨ ਦੇਖੋ, ਜ਼ਬਰਦਸਤ ਡਿਜ਼ਾਈਨ ਆ ਜੀ, ਸਾਰਾ ਦਾ ਸਾਰਾ ਸਟੇਨਲੈਸ ਸਟੀਲ ਦਾ। ਫਿਰ ਆਪਾਂ ਇਹਦੀ ਗੱਲ ਕਰਦੇ ਹਾਂ ਜੀ ਇਹਦੀ ਪੇਂਟ ਕੁਆਲਿਟੀ ਦੀ, ਤੁਸੀਂ ਇਹਦੇ ਕਰੋ ਜੀ ਸਰਚ। ਇਹਦਾ ਜਿਹੜਾ ਪੇਂਟ ਕੁਆਲਿਟੀ ਹੈ ਜੀ, ਵਰਲਡ ਦਾ ਸਭ ਤੋਂ ਜ਼ਿਆਦਾ ਵਧੀਆ ਪੇਂਟ ਕੁਆਲਿਟੀ ਆ, CD ਪੇਂਟਿੰਗ ਆ ਜੀ, ਕੈਥੋਡ ਇਲੈਕਟ੍ਰੋ ਡੈਪੋਜੀਸ਼ਨ, ਮਤਲਬ 14 ਭੱਠੀਆਂ ਦੇ ਵਿੱਚੋਂ ਇਹ ਪੇਂਟ ਕਰੰਟ ਦੇ ਮਾਧਿਅਮ ਦੇ ਨਾਲ ਚੜ੍ਹਾਇਆ ਜਾਂਦਾ ਜੀ।
ਜਿਹਦੇ ਕਰਕੇ ਇਹਦੀ ਜਿਹੜੀ ਲਾਈਫ ਆ ਦੂਸਰੇ ਕਿਸੇ ਵੀ ਕੰਬਾਈਨ ਤੋਂ ਡਬਲ ਹੋ ਜਾਂਦੀ ਆ, ਜਿਹਦਾ ਕਿਸਾਨ ਭਰਾਵਾਂ ਨੂੰ ਬਹੁਤ ਜ਼ਿਆਦਾ ਫਾਇਦਾ ਰਹਿੰਦਾ। ਜਿੱਦਾਂ ਕਿਸਾਨ ਬਾਹਰ ਧੁੱਪੇ ਖੜੀ ਰੱਖਦਾ ਮਸ਼ੀਨ ਨੂੰ, ਬਾਰਿਸ਼ ਮੀਂਹ ਕਣੀ ਦੇ ਵਿੱਚ ਰਹਿੰਦਾ, ਤਾਂ ਇਹਦੇ ਪੇਂਟ ਦੇ ਵਿੱਚ ਕਦੇ ਵੀ ਕੋਈ ਵੀ ਦਿੱਕਤ ਨਹੀਂ ਹੁੰਦੀ ਜੀ। ਅੱਗੇ ਆਪਾਂ ਗੱਲ ਕਰੀਏ ਸਰ ਇਹਦੀ ਰੀਲ ਦੀ, 14 ਫਿੱਟ ਦਾ ਪੂਰਾ ਪੂਰਾ ਜਿਹੜਾ ਸਟੇਨਲੈਸ ਸਟੀਲ ਦਾ ਇਹ ਪੂਰਾ ਕਟਰ ਬਾਰ ਹੈ ਜੀ, ਪੂਰਾ 16 ਦੇ ਡਾਇਆ ਦੇ ਨਾਲ ਔਗਰ ਹੈ ਜੀ, ਜਿਹਦੇ ਕਰਕੇ ਸਾਰੀ ਦੀ ਸਾਰੀ ਫਸਲ ਅੰਦਰ ਚਲੀ ਜਾਂਦੀ ਹੈ ਜੀ। ਫਿਰ ਆਪਾਂ ਗੱਲ ਕਰੀਏ ਰੀਲ ਦੇ ਉੱਤੇ ਜੀ, ਜਿਹੜੀ ਰੀਲ ਹੈ ਇਹ ਰੀਲ 6 ਸਪਲਾਈਨ ਦੇ ਨਾਲ ਆ, 1 2 3 4 5 6, ਜਿਹਦੇ ਕਰਕੇ ਜਿਹੜੀ ਇਹਦੀ ਰੀਚ ਆ ਅੰਦਰ ਲੈ ਕੇ ਜਾਣ ਦੀ ਜਿਹੜੀ ਸ਼ਮਤਾ ਵਾ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਆ। ਮਤਲਬ ਅੱਜ ਦੀ ਡੇਟ 'ਚ ਆਪਾਂ ਇਹ ਕਹਿ ਸਕਦੇ ਹਾਂ ਵੀ ਇਸ ਤੋਂ ਬਿਹਤਰੀਨ ਜਿਹੜੀ ਮਸ਼ੀਨ ਆ ਉਹ ਹਲੇ ਇੰਡਸਟਰੀ ਦੇ ਵਿੱਚ ਨਹੀਂ ਹੈਗੀ। ਗੱਲ ਕਰੀਏ ਅੱਗੇ ਸਟ੍ਰੋ ਵਾਕਰਾਂ ਦੀ, ਤੁਸੀਂ ਇਹ ਨੀਚੇ ਦੇ ਸਕਦੇ ਹੋ ਜੀ, ਸਭ ਤੋਂ ਲੰਬੀਆਂ ਸੀਵਾਂ ਅਤੇ ਸਭ ਤੋਂ ਲੰਬੇ ਜਿਹੜੇ ਸਟ੍ਰੋ ਵਾਕਰ ਨੇ ਉਹ ਅੱਜ ਦੀ ਡੇਟ 'ਚ ਆਪਣੇ ਕੋਲ ਮੌਜੂਦ ਨੇ। ਕਿਸਾਨ ਭਰਾ ਨੂੰ ਕੀ ਚਾਹੀਦਾ? ਕਿਸਾਨ ਇਹ ਚਾਹੁੰਦਾ ਵੀ ਜਿਹੜੀ ਮੇਰੀ ਮਸ਼ੀਨ ਆ ਨਾ ਦਾਣਾ ਤੋੜੇ ਨਾ ਪਰਾਲੀ 'ਚ ਜਾਣ ਦੇਵੇ ਜੀ, ਉਹਦੇ ਵਿੱਚ ਇਹ ਪੂਰੀ ਦੀ ਪੂਰੀ 100% ਖਰੀ ਉਤਰਦੀ ਹੈ। ਇਸੇ ਕਰਕੇ ਸਾਡੇ ਜਿਹੜੇ ਕਸਟਮਰਸ ਨੇ ਉਸ ਇਸ ਸੋਨਾਲਿਕਾ ਮਸ਼ੀਨ ਨੂੰ ਬਹੁਤ ਜ਼ਿਆਦਾ ਲਾਈਕ ਕਰਦੇ ਨੇ। ਆਪਾਂ ਗੱਲ ਕਰਦੇ ਹਾਂ ਅੱਗੇ ਲੈਡਰ ਦੀ, ਇਹ ਜਿਹੜਾ ਲੈਡਰ ਹੈ ਮਸ਼ੀਨ ਦਾ ਇਹ ਸਿੰਗਲ ਬੰਦਾ ਇਹਨੂੰ ਐਡਜਸਟ ਕਰ ਸਕਦਾ ਜੀ। ਕੀ ਬਾਤ ਹੈ, ਮਤਲਬ ਇੱਦਾਂ ਦੀ ਅੱਜ ਤੱਕ ਦੇਖੀ ਨਹੀਂ ਕਿਸੇ ਵੀ ਮਸ਼ੀਨ 'ਚ, ਸਿੰਗਲ ਬੰਦਾ ਇਹਨੂੰ ਕਰ ਸਕਦਾ। ਅੱਗੇ ਜੀ ਆਪਾਂ ਗੱਲ ਕਰਦੇ ਹਾਂ ਵੀਰ ਜੀ ਇਹਦੀ ਬੈਟਰੀ ਦੀ, ਤਾਂ ਆਪਾਂ ਸਭ ਤੋਂ ਜ਼ਿਆਦਾ ਵੱਡੀ ਬੈਟਰੀ 110 ਐਂਪੀਅਰ ਦੀਆਂ 2 ਬੈਟਰੀਆਂ ਲਗਾ ਕੇ ਦਿੰਦੇ ਹਾਂ ਜੀ, ਅਤੇ ਇੱਕ ਆ ਆਟੋ ਕੱਟ ਆਪਾਂ ਲਗਾ ਕੇ ਦੇਈਦਾ ਵੀ ਜਦੋਂ ਆਪਾਂ ਲੰਮੇ ਸਮੇਂ ਤੱਕ ਕੋਈ ਮਸ਼ੀਨ ਖੜੀ ਕਰਨੀ ਹੋਵੇ ਤਾਂ ਆਪਾਂ ਇਹਨੂੰ ਆਫ 'ਤੇ ਕਰਕੇ ਸੈੱਟ ਕਰਕੇ ਰੱਖ ਸਕਦੇ ਹਾਂ ਜੀ। ਇਹ ਵੀ ਬਹੁਤ ਵਧੀਆ ਫੀਚਰ। ਹਾਂਜੀ ਵੀਰ ਜੀ, ਜੇ ਆਪਾਂ ਗੱਲ ਕਰਦੇ ਹਾਂ ਇਹਦੇ ਥਰੈਸ਼ਿੰਗ ਸਿਸਟਮ ਦੀ ਜੀ, ਤਾਂ ਸੋਨਾਲਿਕਾ ਕੰਪਨੀ 1969 ਦੀ ਥਰੈਸ਼ਰ ਬਣਾ ਰਹੀ ਹੈ, ਤਾਂ ਇਹਦੇ ਵਿੱਚ ਥਰੈਸ਼ਿੰਗ ਸਿਸਟਮ ਆਪਾਂ ਇੱਦਾਂ ਦਾ ਸਾਇੰਟੀਫਿਕ ਤਰੀਕੇ ਨਾਲ ਬਣਾਇਆ ਹੋਇਆ ਵੀ ਨਾ ਇਹ ਦਾਣਾ ਤੋੜੂਗੀ ਨਾ ਪਰਾਲ 'ਚ ਜਾਣ ਦਊਗੀ। ਤਾਂ ਅੱਜ ਦੇ ਟਾਈਮ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ 0 ਡਿਫੈਕਟ ਇਹ ਮਸ਼ੀਨ ਉਪਲਬਧ ਹੈ ਜੀ, ਚੱਲ ਰਹੀ ਹੈ।